ਸਾਸਤਰੀ ਗਾਲਬੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਡੀਪ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਆਰ ਵੀਰ ਅੱਜ ਹੋ ਗਈ 16 ਤਰੀਕ ਆਰ 16 ਤਰੀਕੀਆਂ ਬੜੀਆਂ ਖਬਰਾਂ ਥਾਰੇ ਗੱਲ ਸਾਂਝੀਆਂ ਕਰਾਂਗਾ ਪਰ ਖਬਰਾਂ ਸੁਣਾਉਣ ਤੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਕੇ ਵਿੱਚ ਕਰਫਿਊ ਨਿਯਮਾਂ ਮਾ ਢਿੱ ਲ ਦੇਤੀ ਰਾਜ ਨੇ ਕੱਲ 16 ਜੂਨ ਮਤਲਬ ਅੱਜ ਤੇ ਸ਼ੁਰੂ ਹੋਗਾ ਇਹ ਕਹਿ ਲਿਓ ਵੀਰ 25 ਤਰੀਕ ਤੱਕ ਇਹ ਨਵੇਂ ਆਦੇਸ਼ ਲਾਗੂ ਕਰੇ ਆਰ ਇਹ ਬ ਕਹਿ ਲਿਓ ਵੀ 50 ਫੀਸ ਦੀ ਸਫਦੀ ਦੀ ਗੱਲ ਇਹ ਜਿਹੜੇ ਜਿੰਮ ਛੋਕਰੇ ਸਰੀਰ ਬਣਾਉਣ ਜਾਂ ਆ ਇਹ ਖੁੱਲਣਗੇ ਬਾ ਜਿੰਮ ਗੈਲ ਰੈਸਟੋਰੈਂਟ ਸਲੀਮਾ ਹਾਲ ਵੀ ਖੁੱਲੇਗਾ ਜਾਣਗੇ ਵਿੱਚ 50 ਬੰਦੇ ਜਾ ਸਕਾਂ ਸੰਸਕਾਰਮਾਈ 50 ਬੰਦੇ ਜਾ ਸਕਾਂ ਹਫਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 8 ਵਜੇ ਦੇ ਲੇਕਾ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ ਜੋ ਆਰਡਰ ਰਾਜੇ ਨੇ ਅੱਜ ਕਰਤੇ। ਆਰ ਆਪਾਂ ਚੱਲਾ ਆਪਣੀਆਂ ਖਬਰਾਂ ਦੇ ਉੱਪਰ ਆਰ ਪਹਿਲੀ ਖਬਰ ਤੁਹਾਨੂੰ ਦੱਸਾਂ ਵੀ ਕੱਲ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਇੱਕ ਪਾਸੇ ਤੱਕੜੀ ਵਾਲੇ ਇਕੱਠੇ ਕਰ ਕਲੇ ਗਿਆ ਦੂਸਰੇ ਪਾਸੇ ਹਾਥੀ ਵਾਲੇ ਇਕੱਠੇ ਕਰ ਕਲੇ ਗਿਆ ਲੇਗਾ ਕਿੱਥੇ ਗਿਆ? ਯੋ ਰਾਜੇ ਦੇ ਫਾਰਮ ਹਾਊਸ ਪਾ ਚਲੇ ਗਿਆ ਉਥਾ ਸੀਸਮਾ। ਆਰ ਕਹਾ ਵੀ ਵੈਕਸੀਨ ਆਰ ਫਟੇ ਕਿੱਟ ਕੇ ਕਰੋੜਾ ਰੁਪਏ ਕੇ ਘਟਾ ਲੇਗਾ ਪੰਜਾਬ ਕੇ ਸਿਹਤ ਮੰਤਰੀ ਬਲਵੀਰ ਸਿੱਧੂ ਵੀ ਗ੍ਰਿਫਤਾਰੀ ਕੀ ਮੰਗ ਕਰੀ। ਆਰਿਓ ਆਪਣੇ ਬਾਰਕਰਮ ਲੈ ਕੇ ਉੱਥਾ ਪਹੁੰਚਿਆ ਚੰਡੀਗੜ੍ਹ ਆਇਓ ਜਿਹੜਾ ਨਵਾਂ ਚੰਡੀਗੜ੍ਹ ਉੱਥਾ ਆਇਓ ਫਾਰਮ ਹਾਊਸ ਨੂੰ ਜਾਂਦੇ ਵੇ ਸਖਬੀਰ ਬਾਦ ਨੂੰ ਪੁਲਿਸ ਵਾਲਾ ਨੇ ਇਹ ਕਹਿ ਲੋ ਵੀਰਾ ਗ੍ਰਿਫਤਾਰ ਕਰ ਲਿਆ ਅਰ ਈਬ ਕਹਿ ਲੋ ਵੀਰੇ ਬਾਤ ਕਰਾਂ ਆਪਾਂ ਵੀ ਅਕਾਲੀ ਬਸਪਾ ਦਾ ਫੈਸਲਾ ਆ ਵੀ 2022 માં ਇਹ ਜਦ ਮਾਰੀ ਸਰਕਾਰ ਬਣੇਗੀ ਕਹਾ ਇਸ ਕੇ ਵਿਚੋਂ ਪ੍ਰਸ਼ਟਾਚਾਰ ਕੇ ਬੜੇ ਜਿਹੜੇ ਘਟਾਲੇ ਹੋਏ ਇਸ ਕੇ ਉੱਪਰ ਕਾ ਸਾਰੀ ਸਖਤਾਈ ਕੇ ਇਲਜਾਜ਼ ਕਰਨਗੇ ਆਪਾ ਆਰਮਨੂ ਯੋ ਕਹ ਲੋ ਵੀਰਾ ਪ੍ਰਧਾਨ ਜੀ ਕੀ ਬਾਤ ਯਾਦ ਆ ਗਈ ਓ ਪ੍ਰਕਾਸ਼ ਬਾਦਲੇ ਛੋਕਰੇ ਕੀ ਯੋ ਪ੍ਰਧਾਨ ਜੀ ਕਾ ਇਹ ਕਰਤੇ ਕਾ ਜਿਨਾਂ ਨੂੰ ਕਹਾ ਕੋਰੇ ਕੋਈ ਕੰਮ ਹੈ ਨਹੀਂ ਕਹਾ ਵਾ ਤਰਨੇ ਲਾਣਾ ਜਾ ਅੱਜ ਮੈਂ ਇੱਕ ਬਾਤ ਯੋ ਵੀ ਸੋਚੀ ਜਾਂ ਵੀ ਮੈਂ ਇਸ ਨੂੰ ਕਿਆ ਸੋਚਾਂ ਪ੍ਰਧਾਨ ਜੀ ਵੀ ਅੱਜ ਤਰਨਾ ਲਾਣਾ ਐ ਵੇ ਕ ਪੀਖਰੀਗ ਬਣਾਣਾ ਐ ਵੇ ਕਿਉਂਕਿ ਵੀਰ ਇਹੋ ਅੱਜ ਪਿਕਨਿਕ ਵਾਲਾ ਹੀ ਮਾਹੌਲ ਦਿਖ ਰਿਹਾ ਤਾਂ ਉੱਥਾ ਗਰਮੀ ਬੇਅੰਤ ਪੈ ਰਹੀ ਧੀ ਅਰਪੂਲਸ ਵਾਲਿਆਂ ਨੇ ਠੰਡੇ ਪਾਣੀ ਦੇ ਵਾਟਰ ਕੈਨਨ ਭਰ ਕੇ ਉੱਥਾ ਫੁਆਰਾ ਪਾ ਰਿਹਾ ਹਾ ਲੋਕ ਤਾਂ ਭੱਜ ਭੱਜ ਗਾ ਉਹਨਾਂ ਦੇ ਮੂਰੇ ਜਾ ਰਹੇ ਤੇ ਖਾ ਗੇਰ ਮਾਰੇ ਪਾਣੀ ਮਾਰ ਜੇ ਗੇਰ ਮਾਰੇ ਪਾਣੀ ਮਾਤਲਬ ਇਹੋ ਕਹ ਲੋ ਵੀ ਪ੍ਰਧਾਨ ਜੀ ਕੀ ਬਾਤ ਜਿਨ੍ਹਾਂ ਨੂੰ ਘਰ ਨਹੀਂ ਕੋਈ ਪੁੱਛਦਾ ਕਹਾ ਧਰਨੇ ਲਾਣਾ ਜਾ ਆਰ ਅੱਜ ਇੱਕ ਹੋਰ ਕੁਰਬਾਨੀ ਦੇਖਾ ਬਾਦਲ ਸਾਹਿਬ ਨੇ ਇਹ ਸਾਬਤ ਕਰਤਾ ਵੀ ਮਹਾਰੀ ਪਾਰਟੀ ਕੁਰਬਾਨੀਆਂ ਕੀ ਔਰ ਬਸਪਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਭਵਿੱਖ ਬਚਾ ਸਕਾਂ ਔਰ ਇਹੋ ਵੀ ਕਹਿ ਲੋ ਵੀ ਬਹੁਤ ਵਧੀਆ ਹੋਇਆ ਵੀਰੇ ਇਹਨਾਂ ਦਾ ਗੱਠ ਜੋੜ ਹੋ ਗਿਆ ਬਾਕੀ ਇਹੋ ਕਹਿ ਲੋ ਵੀ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿੱਚ ਯੋਹੀ ਕੰਮ ਹੋਇਆ ਇਹੋ ਬਾਪੂ ਪ੍ਰਕਾਸ਼ ਬਾਦਲ ਦੇ ਛੋਗਰੇ ਸਖਬੀਰ ਬਾਦ ਨੂੰ ਪੁਲਿਸ ਵਾਲਿਆਂ ਨੇ ਟਾਹਰ ਗੈਲ ਗੱਡੀ 'ਮ ਬਿਠਾਇਆ ਆਰ ਨਾਲ ਲੱਗੇ আর پیچھے ਡਾਂਗਾ ਖਾਣੇ ਨੂੰ ਇਹ ਰਹਿ ਗਏ ਵਰਕਰ আর اُن کے اوپر ਕੁ ਮਿਆ ਡੰਡਾ ਵੇਰ ਪਾਣੀ ਵੀ ਕਰਤੇ ਆ ਬੰਦੀ ਨਾ ਨਿਕਾ ajo putt আর 4 ਸਾਲਾਂ ਮ ਲੱਜੇ ਨਹੀਂ ਦੇਖ ਲੈ ਵੀਰ ਇਹ ਵਸਾਰੇ ਪਤਨੀ ਕਿਹੜੀ ਕਿਹੜੀ ਖੱਡਾਂੋਂ ਨਿਕਲ ਲੱਗੇ ਇਹੋ ਕਹਲੂ ਵੀਰ ਮਨੂੰ ਲੋਕਾਂ ਕੀ ਸਮਝਵਾ ਨਹੀਂ ਆਂਦੀ ਭਈ ਦਿੱਲੀ માં ਇਤਨੇ ਕਿਸਾਨ ਵਿਚਾਰੇ ਉੱਥਾ ਆਪਣੀ ਜਾਨਾਂ ਦੇ ਰਹੇ ਹੈ ਦੱਸੋ ਥੰਮ ਸਭ ਕੁਝ ਭੁੱਲ ਜਾ ਮਿੰਟਵਾ ਇਹ ਸਭ ਕੁਝ ਭੁੱਲ ਜਾਂ ਇਹ ਲੋਕ ਭੁੱਲ ਗਏ ਸਰਸੇ ਵਾਲੇ ਸਾਧ ਨੂੰ ਮਾਫੀ ਭੁੱਲ ਗਏ ਕੋੜਕਪੂਰੇ ਮੈਂ ਗੋਲੀ ਬੇਅਦਵੀ ਕਾਂਡ ਇਹੋ ਭੁੱਲ ਗਏ ਹੈ 10 ਯੋ ਇਬ ਬਾਕੀ ਕਹਿ ਲਓ ਵੀ 2 ਕਿਲੋਮੀਟਰ ਸਿਸਮਾ ਤੇ ਅੱਗਾ ਯੋ ਸਖਬੀਰ ਬਾਦਲ ਦਾ ਆਪਣਾ ਬਾਗਲਾ ਜਿਸ ਨੂੰ ਸੁਖ ਬਲਾਸ ਹੋਟਲ ਕਹਾ ਇਹ ਵੀ ਨਹੀਂ ਪਤਾ ਵੀਰ ਸਿਆਮ ਨੂੰ ਇਹ ਉੱਠਾ ਚ ਲੈ ਗਿਆ ਉਹਨਾਂ ਆਰ ਇਹ ਜਿਹੜੇ ਵਰਕਰ ਇਹ ਸੋਚ ਰਹੇ ਪ੍ਰਧਾਨ ਜੀ ਅੱਜ ਜੇਲ੍ਹ ਵਾਂ ਇਹ ਵੀ ਹੋ ਸਕਾ ਵੀਰਾ ਬਾਕੀ ਉਹਦਾ ਰੱਬ ਕਾ ਲੱਖ ਲੱਖ ਸ਼ੁਕਰ ਕਰੋ ਪੰਜਾਬ ਪੁਲਿਸ ਹੈ ਬਹੁਤ ਚੰਗੀ ਜਿਹੜੀ ਵਿਚਾਰੀ ਚੱਕਾ ਲੇਗੀ ਨਹੀਂ ਇਹ ਉਹ ਤਾਂ ਦੇਖ ਲਿਓ ਵੀਰਾ ਕਲਕੱਤੇ ਵਾਂ ਗੇ ਵੀ ਨੂੰ ਕਾਉਂਟਰ ਕਰ ਦਿਆਂ ਵੀਰਾ ਨਹੀਂ ਉਹ ਵੀ ਹੋ ਸਕਾ ਵੀਰਾ ਬਾਕੀ ਚਲੋ ਖਾ ਰ ਧਰਨਾ ਤਗੜਾ ਦਾ ਅੱਜ ਸਾਰੇ ਗਾਇਬ ਥਾਣਾ ਤੋਂ ਕਾ ਤੜਕੇ ਹੀ ਲਾਂਗੇ ਤੇ ਥਾ ਕਾ ਵੀ ਅੱਜ ਕਰਾ ਖਾ ਜਾਵੇਂ ਜੋ ਮਰਜੀ ਪਰ ਬੰਨ ਨੂੰ ਇੱਕ ਬਾਤ ਨਹੀਂ ਸਮਝ ਆਈ ਬਈ ਕੱਲ ਉਹ ਕਾਂਗਰਸ ਨਾਲ ਉੱਥਾ ਇਹ ਝਾੜੂ ਵਾਲੇ ਯੋਗੀ ਆਵਦਾ ਕਾਲੂ ਥਾ ਇਸ ਨੂੰ ਤਾਂ ਸੜਕ ਪਰ ਵੀ ਨਹੀਂ ਚੜਨਦੇ ਆ ਜੋ ਆਮ ਆਦਮੀ ਪਾਰਟੀ ਆਪਣੇ ਖੇੜਾ ਦਾ ਕਹਾ ਵਜੀਫਾ ਘਟਾਲੇ ਨੂੰ ਲੈ ਕੇ ਗਿਆ ਤਾਂ ਉੱਥਾ ਕਹਾ ਮੈਂ ਕਹਾ ਰਾਜੇ ਕੋਠੀ ਮੇਰੇ ਤਾਨਾ ਦੇਣਾ ਭੁੱਖ ਹੜਤਾਲ ਕਰਨੀ ਇਹੋ ਤਾਂ ਵੀਰ ਗੱਡੀ ਵਾਂਦੇ ਉਤਰਿਆ ਗੈਲ ਗੈਲ ਘੇਰ ਲਿਆ ਪੁਲਿਸ ਵਾਲਿਆਂ ਕੋਣੀ ਗੱਡੀ ਮਗਾ ਆ ਪਰ ਯੋ ਪੱਕੇ ਰਹੇ ਵੀਰ ਇਵ ਇੱਕ ਹੋਰ ਵੀ ਫਾਇਦਾ ਹੋ ਗਿਆ ਇਵ ਕਾਲੀਆਂ ਨੂੰ ਆਰ ਯੋ ਬੜਾ ਫਾਇਦਾ ਯੋ ਹੋ ਗਿਆ ਵੀਰ ਇਵ ਇੱਕ ਪਾਸਾ ਯੋ ਠੱਕੜੀ ਵਾਲੇ ਵਰਕਰ ਇੱਕ ਪਾਸਾ ਹਾਥੀ ਵਾਲੇ ਇਵ ਨਹੀਂ ਪਹਿਲਾਂ ਸਾਰੀਆਂ ਡਾਂਗਾ ਛੋਟੇ ਯੋ ਕਾਲੀਆਂ ਦੇ ਵਰਕਰਾਂ ਵਾ ਗਿਰੇ ਕਰਤੇ ਇਵ ਅੱਜ ਉੱਠਾ ਬੰਡੇ ਦੇ ਡਾਂਗਾ ਛੋਟੇ ਅੱਧੇ ਭਾਈ ਡਾਂਗਾ ਯੋ ਕਾਦਿਆਂਗੇ ਅੱਧੀਆਂ ਪਈਆਂ ਭਾਜ ਫੜਿਆਂਗੇ ਆਰ ਮੈਨ ਨੂੰ ਸਮਝਵਾਂ ਨਹੀਂ ਆਂਦੀ ਕੱਲ ਪਰਸੋਂ ਵਾਲਾ ਪੈਰਾ ਦਾ ਕਹਾ ਖਾਲੀਦ ਵਾਲੇ ਘਰ ਵਾਲਾ ਪਾਰੇ ਕਹਾ ਮਾਰੀਆਂ ਟਿਕਟਾਂ ਉੱਧਰ ਘਰਤੀਆਂ ਇੱਧਰ ਘਰਤੀਆਂ ਵੀ ਦੱਸ ਥਨੂਰਾ ਫਰੀਮ ਹਾਥੀ ਮਿਲ ਗਿਆ ਨਜ਼ਾਰੇ ਲੁੱਟਣੇ ਨੂੰ ਥਾਵੇਂ ਵੀਰ ਵਾਲਾ ਪਾਈ ਜਾਂ ਦੱਸ ਮੈਂ ਸਮਝਮਾ ਨਹੀਂ ਆਂਦੀ ਆ ਰੁੱਦਰ ਇਹ ਵੀ ਥਾਮ ਕਹਾਂਗੇ ਵੀ ਇਹ ਲਾਡਾ ਕਿਹੜਾ ਕਲਾ ਇਹ ਕਲਾਕਾਰ ਕਲਾਕਾਰੇ ਹੋ ਮਾ ਖੇਰ ਮੰਤਰੀ ਤੋਂ ਵੀ ਉਹ ਕਿਹੜਾ ਮੰਤਰੀ ਲੈ ਆ ਕੱਢ ਕੱਲ ਜਗਵੀਤ ਫਰਾਡ ਦੇਖਿਆ ਮੈਂ ਵੀਰ ਬੋਲਦੇ ਨੂੰ ਮੈਂ ਤਾਂ ਹੈਰਾਨ ਰਹਿ ਗਿਆ ਵੀ ਜਗਵੀਤ ਬਰਾੜ ਹਲੇ ਵੀ ਹੈ ਪੰਜਾਬ ਦੀ ਸਿਆਸਤ ਮਾਂ ਕਿਉਂ ਕਿ ਛੱਡਿਆ ਨਹੀਂ ਗੁਰਗਾ ਹਾਂ ਵੋਟਾਂ ਆ ਗਈਆਂ ਚਲੋ ਮੰਨਿਆ ਪਰ ਇੱਥੇ ਪਹਿਲਾਂ ਲੱਜਿਆ ਕਦੇ ਇਹ ਮਾਇਆ ਆਇਓ ਮਾਇਆਵਤੀ ਕਰਿਆ ਯੋ ਪੈਨ ਯੋ ਥਾ ਮਮਤਾ ਬੈਨਰਜੀ ਇਸ ਕਾਇ ਤਿਰਮਲ ਕਾਂਗਰਸ ਲਿਆ ਤਾਂ ਫੇਰ ਉੱਥਾ ਬੰਨੀ ਕਾਂਗਰਸ ਮੈਂ ਚਲੇ ਗਿਆ ਉਧਰ ਨਹੀਂ ਬੜੀ ਗੱਲ ਖਾਦਿਆ ਮ ਆ ਗਿਆ ਪਾਰਿਓ ਕਹਲੋ ਸੁਖਵੀਰ ਬਾਦਲ ਦੀ ਸਰਕਾਰ ਆਣ ਤੇ ਕਾ ਹਿੰਦੁਸਤਾਨ ਕੀ ਤਸਵੀਰ ਬਦਲੇਗੀ ਉਹ ਬਰਾੜ ਕਹਿ ਰਿਆ ਜਗਮੀਤ ਮੈਨੂੰ ਸਮਝਵਾਰੀ ਆਂਦੀ ਵੀ ਹਿੰਦੁਸਤਾਨ ਕੀ ਤਸਵੀਰ ਕਿਤਰਾ ਬਦਲੇਗੀ ਹੈ ਯੋ ਹਿੰਦੁਸਤਾਨ ਕੀ ਬਹੁਤ ਸਿਫਤਾ ਕਰਿਆ ਵੀ ਕੱਲ ਮੈਂ ਤਾਂ ਸੁਣ ਇਹ ਥਾਣਾ ਟਾਈਮ ਲਗਿਆ ਨਾ ਯੋ ਜਗਮੀਤ ਬਰਾੜ ਨੂੰ ਸੁਣਿਓ ਥਾ ਮਾ ਲਾਡੇ ਹੀ ਖਬਰਾਂ ਵਾ ਜਿਤਨਾ ਸਵਾਦ ਆਬਾ ਨਾ ਇੱਥੇ ਜਿਆਦਾ ਸਵਾਦ ਆਵੇ ਜਗਮੀਤ ਬਰਾੜ ਕਾ ਕੱਲ ਬਿਆਨ ਸੁਣ ਕੇ ਇਤਨੀ ਆਸੀਫਤਾ ਕਰਿਆ ਓ ਹੋ 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 ਪਰ ਕਹਿ ਲੋ ਵੀਰ ਮਿਲਣ ਵਾਲਾ ਖੁਸ਼ ਨਹੀਂ ਪਾਜਬਾਗੇ ਵਿੱਚ ਇਹ ਸੈਂਟਰ ਦੀ ਸਰਕਾਰ ਆ ਰਿਓ ਕਰਿਆ ਕਹਾ ਹਿੰਦੁਸਤਾਨ ਦੀ ਤਸਵੀਰ ਬਦਲੀ ਕਾ ਕਾਲੀਆਂ ਰ ਪਸਪਾ ਕੀ ਕਹਾ ਗੱਠ ਜੋੜ ਗੈਲ ਵੀ ਦੱਸ ਵੀ ਕਾਲੀਆਂ ਕਾਰ ਬਸਪਾ ਕਾ ਗੱਠ ਜੋੜ ਇਹ ਲੋਕ ਸਭਾ ਸੀਟਾਂ ਵਾਸਤਾ ਥੋੜੀ ਹੋਇਆ ਇਹ ਤਾਂ ਵਿਧਾਨ ਸਭਾ ਵਾਸਤਾ ਹੋਇਆ ਆਰੇ ਉਹਦਾ ਤਸਵੀਰ ਪੰਜਾਬ ਕੇ ਬਦਲੇਗੀ ਹਿੰਦੁਸਤਾਨ ਕੀ ਥਾ ਬਦਲ ਜੇਗੀ ਤਸਵੀਰ ਇਹੋ ਵੀ ਪਤਾ ਨਹੀਂ ਲੱਗਦਾ ਵੀਰ ਕਹਿਣ ਲੱਗੇ ਉਹ ਵੀ ਦੇਖਦੇ ਕੁਸ ਹੈ ਆਰ ਵੀਰੇ ਇਹ ਕਾਲੋ ਵੀਰ ਬੜੇ ਰੀਡਰ ਜਿਹੜੇ ਦੇਖੋ ਨਿਕਲ ਨਿਕਲ ਕਾਮੇ ਕੇ ਪਤਾ ਨਹੀਂ ਜਿਹੜੇ ਉਧਰ ਉਧਰ ਵੀ ਨੱਠੇ ਨਾ ਜਿਹੜੇ ਇਹ ਢੀਂਡ ਸੈਗ ਨਹੀਂ ਚਲੇ ਗਏ ਉਧਰ ਇਹ ਉਧਰ ਬੂੜਿਆਂ ਨੇ ਬਣਾਈ ਦੀ ਪਾਰਟੀ ਰਲਕਾ ਪਾਂਛਿਆ ਨੇ ਉਧਰ ਤੇ ਵੀ ਆਮੇਗੇ ਬਹੁਤ ਹਾਲੇ ਦੇਖੋ ਇਹ ਤਾਂ ਡਾਰ ਆਮੇਗਾ ਉਡੂੜਗਾ ਇਹ ਜਿਤਨਾ ਮੀਤੇ ਬਾਦ ਨਹੀਂ ਨਿਕਲਦੇ ਉਹ ਮੱਕੜ ਸੇ ਇਤਰਾਉ ਡੂਡਗੇ ਪਾਦਾਨੀ ਕੇ ਆਕੂ ਸਾਵੇਗਾ ਲੈ ਚਲੋ ਖੈਰ ਦੇਖੋ ਅੱਗਾ ਕੀ ਬਣਾ ਪਰ ਉਧਰ ਰਾਜੇ ਨੇ ਆਪਣੇ ਫੇਸਬੁਕ ਪੇਜ ਪਾ ਇੱਕ ਵੀਡੀਓ ਪਾਇਆ ਬਾ ਉਸਕੇ ਉਪਰ ਯੋ ਰਵੀਸ਼ ਕੁਮਾਰ ਕਾ ਚੱਲ ਰਿਹਾ ਵੀਡੀਓ ਕਾ ਕੇਜਰੀਵਾਲ ਨੇ ਆંકੜਿਆਂ ਤੇ 2.5 ਗੁਣਾ ਵੱਧ ਸਰਟੀਫਿਕੇਟ ਦਿੱਲੀ ਮਾ ਦਏ ਆਸਾ ਲਾ ਅਕੜੇ ਲ ਕੋ ਕੇਜਰੀਵਾਲ ਨੇ ਲਾਦਾ ਸੀ ਫੜੋ ਚੰਡੇ ਜਗਾ ਚੰਡਾ ਘਰੇ ਕ ਮਾਰਾ ਤੋ ਕਾ ਦਿੱਲੀ ਮਾ ਇਤਨਾ ਸਿਸਟਮ ਕ ਐਂਡ ਕਰਿਆ ਬਾ ਅਰੁਦਰ ਕੇਜਰੀਵਾਲ ਵੀ ਰੋਜ਼ ਟਵੀਟ ਕਰਦਾ ਹਾ ਮਾਰਨ ਕਰ ਲਿਆ ਕੰਟਰੋਲ ਮarre ਬੰਦੇ ਨਹੀਂ ਮਾਰ ਰਹੇ ਦੱਸ ਦਿੱਲੀ ਨਗਰ ਨਿਗਮ ਉਹਨਾਂ ਨੇ ਸਰਟੀਫਿਕੇਟ ਜਾਰੀ ਕਰੇ ਜਿਨ੍ਹਾਂ ਨੂੰ ਕਹਾਂ ਡੈਥ ਸਰਟੀਫਿਕੇਟ ਮੌਤ ਕੇ ਸਰਟੀਫਿਕੇਟ ਉਸ ਦੇ ਵਿੱਚ ਮ ਜਿਹੜੇ ਰਿਜ਼ਲਟ ਆ ਰਹੇ ਉਹ ਹੋ ਰਹੇ ਆ ਰਹੇ ਇਹ ਵਿਰਾਜਨੀਤੀ ਕੀ ਹੋਵੇਗੀ ਉਹ ਵੀ ਸੁਣ ਲਿਓ ਰਵੀਸ਼ ਕੁਮਾਰ ਨੇ ਕਿਹਾ ਵੀ ਯੋ ਜਿਸ ਦੀ ਜਾਂਚ ਹੋਣੀ ਚਾਹੀਦੀ ਵੀ ਜਿਹੜੇ ਜਿਹੜੇ ਯੋ ਸਰਟੀਫਿਕੇਟ ਇਸ਼ੂ ਕਰੇ ਇਨਾ ਕਰਾਂ ਜਾ ਖਾਓ ਪੁੱਛ ਕਾਓ ਇਹਨਾਂ ਨੂੰ ਵੀ ਇਹ ਥਾਰਾ ਬੰਦਾ ਕਰੋਨੇ ਗੈਲ ਮਰਿਆ ਜਾਂ ਫਿਰ ਹੋਰ ਬਿਮਾਰੀ ਗੈਲ ਮਰਿਆ ਹੈ ਇਹ ਕਾ ਦੱਸ ਆ ਰਾਜਨੇ ਪਾਇਆ ਰਾਜਾ ਖੜਾ ਕਾ ਦੇਖੋ ਰਾ ਕਾ ਝੂਠ ਬੋਲਾ ਆਮ ਆਦਮੀ ਪਾਰਟੀ ਵਾਲੇ ਚਾੜੂ ਵਾਲੇ ਹਰ ਇਹ ਚਾੜੂ ਵਾਲਿਆਂ ਕੀ ਹੋਰ ਸੁਣ ਲਿਓ ਕਨਹੌਰ ਤੇ ਉਹ ਗਰਲਾਲ ਕਨਹੌਰ ਜਿਹੜਾ ਇਹ ਕੱਲ ਚੰਡੇਰੇ ਮਾਰੀ ਕੈਂਚੀਸ ਨੂੰ ਵੀਰ ਇਹ ਕੈਂਚੀ ਮਾਰ ਕੇ ਘੇਰ ਲਿਆ ਆਰੇ ਜਲੇਬੀ ਮਾਰ ਜਲੇਬੀ ਕਿਦਰਾ ਕਰ ਲਿਆ ਇਕੱਠਾ ਕਰ ਲਾਲ ਕਨਾ ਔਰ ਹਰ ਬਾਗੜਾ ਛੱਡਦੇ ਵੀਰ ਕਾ ਛੱਡਾਂਗਾ ਤਾਂ ਪਹਿਲਾ ਤਾਂ ਉਹ ਨਾ ਝਾੜੂ ਫੜ। ਯੋ ਖਲ ਝਾੜੂ ਫੜਾ ਲਿਆ ਇਸਨੂੰ। ਆਰੇ ਕਈ ਵਾਰ ਵੀ ਝੰਡਾ ਨਾ ਯੋ ਕਹ ਲੋ ਵੀਰੋ ਦੇਖਣ ਲੱਗੇ ਬੋਲਦਾ ਹੀ ਨਹੀਂ ਵੀਰੋ ਦੇਖਦਾ ਹੀ ਨਹੀਂ ਵੀ ਕਿਆ ਬੋਲਣਾ ਕਿਆ ਨਹੀਂ ਬੋਲਣਾ। ਉੱਥਾ ਕੱਲ ਤੈਸਮਾ ਕਾ ਕਹਿ ਰਿਹਾ ਖਾਲਾ ਦੱਸ ਖਾਲੀਆਂ ਨੇ ਕਾਂਗਰਸੀਆ ਨੇ ਕਾ ਕੁਛ ਨਹੀਂ ਕਰਿਆ ਖਿਲਾੜੀਆਂ ਵਾਸਤਾ ਨਹੀਂ ਪੁਵਿੱਖ ਕਾਨੇ ਰੇਮਾ ਲਿਆ ਕਾ ਗੇਰ ਤੇ ਆ। ਆ ਰੁਥਾ ਕੇ ਪੱਤਰਕਾਰ ਬੈਠਿਆ ਬਾਹ ਕਹਿ ਰਿਹਾ ਕਹਾ ਵੀਰ ਚੱਲ ਤੈਨੂੰ ਤੋਂ ਬਾਧਾ ਪੁੱਛਾ ਪਹਿਲਾ ਇਹ ਗੁਰਲਾਲ ਕਣਾ ਨੂੰ ਪੁੱਛਾਂ ਵੀ ਉਹ ਤਾਂ ਜਿਹੜੀ ਉਹ ਨੌਕਰੀ ਲਈ ਫਿਰਿਆ ਥਾਣੇਦਾਰ ਵਾਲੀ ਵੀ ਉਹ ਤਾਂ ਦੌੜ ਭੱਜ ਕਰਕੇ ਲਈ ਜਾ ਫਿਰ ਕਿਸੇ ਹੋਟੰਗ ਲੈ ਲਈ ਕਿਸਨੇ ਦਈ ਕਹਾ ਇਹ ਨੌਕਰੀ ਕਹਾ ਜੀ ਸ਼ਰਮਣੀ ਕਾ ਜੀ ਦਾ ਲਾੜਿਆ ਨੇ ਕਹਾ ਬਾਪੂ ਪ੍ਰਕਾਸ਼ ਬਾਦਲ ਨੇ ਕਾਛਾ ਕਾ ਕਿਉਂ ਦਈ ਆ ਬਾਪੂ ਬਾਦਲ ਕਹਿ ਰਿਹਾ ਕਾ ਥਾ ਮ ਕਾ ਪਾਕਿਸਤਾਨ ਵਾਲਿਆਂ ਨੂੰ ਹਰਾ ਦੇਗਾ ਕਾ ਕੱਪ ਲੇਗਾ ਆ ਜਾ वर्ल्ड कप ਕਾਇਸ ਕਰ ਮਨ ਹੂਸੀ ਜੜ ਜਾ ਫਿਰ ਆ ਪਤਾ ਹੀ ਨੌکریاں ਦੇ ਰੇ ਕਾਛਾ ਕਾਦੇ ਹੀ ਨੌਕਰੀ ਕਾ 2001 ਮਾ ਲਾਇਆ ਕਾ ਠਾਨੇਦਾਰ ਸਿੱਧਾ ਬੰਨੂ ਕਾ ਚਲੋ ਵਧੀਆ ਆਰ 10 ਇਤਨਾ ਪੇ ਥੋੜਨੇ ਦੇ ਬਾਦ ਵੀ ਦੇਖ ਲਿਓ ਪੀਰਾ ਯੋ ਫੇਰ ਝਾੜੋ ਵਾਲੇ ਮ ਲੰਗ ਗਿਆ ਫੇਰ ਉਠਾ ਯੋ ਕਹ ਲਿਓ ਪੀਰਾ ਗਰ ਲਾਲ ਬੋਲਿਆ ਕਾ ਵੀਰ ਮੇਰੀ ਬਾਤ ਸੁਣ ਲਿਓ ਥੰਪ ਯੋ ਮਾਨ ਸਾਹਿਬ ਨੂੰ ਕੀ ਰਿੰਗੇ ਉਸ ਤਨਾ ਕਰੋ ਯੋ ਕਹਿ ਰਿਹਾ ਉਥਾ ਜਿਹੜਾ ਵਰਲਡ ਕੱਪ ਕਰਾਇਆ ਹੈ ਪਾਰਲ ਗਰੁੱਪ ਵਾਲਿਆਂ ਕੋਲ ਪਲਾਟ ਵੀ ਗੇਗਾ ਸਾਰੇ ਹਰ ਬੱਲੇ ਬੱਲੇ ਸੁਖਬੀਰ ਬਾਦਲ ਕਰਾ ਗਿਆ ਕਹਾ ਅੱਦੇ ਬੰਦੇ ਨੂੰ ਕਾ ਉੱਥਾ ਵੀਰ ਪੈਸੇ ਨਹੀਂ ਵੀਰੇ ਟੈਂਪੂਆ ਕਰਾਇੰਦੇ ਆ ਕਿਸੇ ਨੂੰ ਕਾ ਬਾਤਾਂ ਮਾਰ ਰਹੇ ਥਾ ਮੂਰਾ ਬੈਠੇ ਇਸ ਵੀਰ ਵਾਲੇ ਹੋ ਕਰਤਾ ਜੋ ਕਰਤਿਆ ਪਰ ਵੀਰ ਇੱਕ ਵਾਰ ਮੰਨਣੀ ਪਾਵੇਗੀ ਇਹ ਬਸ ਸੁਖਬੀਰ ਬਾਦਲ ਅ ਪ੍ਰਕਾਸ਼ ਬਾਦਲ ਅ ਸਰੋਪਣੀ ਕਾਲੀ ਦਾ ਇਨਾ ਨਾ ਵੀਰੇ ਪੰਜਾਬ ਦੇ ਵਿੱਚ ਮਾ ਖਿਡਾਰੀਆਂ ਨੂੰ ਨੌਕਰੀਆਂ ਤੋਂ ਦਈਆਂ ਜੋ ਆਪਾਂ ਚਠਲਾ ਨਹੀਂ ਸਕਦੇ ਇਹ ਬਿਆਨਬਾਜ਼ੀ ਨੂੰ ਯੋ ਨਹੀਂ ਮੈਂ ਲਾਡਾ ਯੋ ਥੰਮ ਕਹਾ ਵੀ ਲਾਡਾ ਯੋ ਕਾਲਿੰਗ ਸਪੋਰਟ ਕਰ ਰਿਹਾ ਬਾਤ ਪੱਕੀ ਇਹ ਵਾ ਇਹਨਾਂ ਨੇ ਨੌਕਰੀਆਂ ਦਈਆਂ ਜ਼ਰੂਰ ਇਸ ਵਿੱਚ ਕੋਈ ਦੋ ਰਾਏ ਨਹੀਂ ਵੀਰਾ ਇਹ ਵੀ ਰਾਜੇ ਨੇ ਰਾਣਾ ਗਰਮੀ ਸੋਢੀ ਲਾਇਆ ਵਾ ਯੋ ਖੇਲ ਮੰਤਰੀ ਤਿੰਨ ਸਾਲ ਹੋ ਗਏ ਵੀਰਾ ਖਿਡਾਰੀਆਂ ਨੂੰ ਯੋ ਰੋਜ਼ ਲਾਰਾ ਲਾ ਦੇ ਅੱਜ ਅੱਜ ਲਵਾਵਾ ਨੌਕਰੀ ਕੱਲ ਲਵਾਵਾ ਨੌਕਰੀ ਅੱਜ ਲਵਾਵਾ ਨੌਕਰੀ ਹਰ ਥਾਨਾ ਦੇਖਿਆ ਹੋਣਾ ਪੰਜਾਬ ਕੀ ਗੋਲਡ ਮੈਡਲਿਸਟ ਨੈਸ਼ਨਲ ਖਿਡਾਰੀ ਖੇਤਾਂ ਵਾਂ ਯੋ ਝੋਨਾ ਲਾ ਰਹੀ ਦੀ ਦੱਸ ਯੋ ਯੋ ਭਾਰਕ ਕਾਲੀਆਂ ਔਰ ਕਾਂਗਰਸ ਦੇ ਵਿੱਚ ਯੋ ਮੰਨਣਾ ਪਵੇਗਾ ਚੰਡੇ ਨੂੰ ਸਿਆ ਜੋ ਮਾਰਦੀ ਕਹ ਲਿਓ ਚਲੋ ਘਰ ਔਰ ਉਧਰ ਯੋ ਭਾਜਪੀ ਕਾਗੂ ਜਿਹੜਾ ਯੋ ਖਿਆ ਨੋ ਇਸਕਾ ਯੋ ਜੋਸੀ ਜੋਸੀ ਨਾ ਯੋ ਗਰੇ ਬਾੜ ਨੂੰ ਬਹੁਤ ਝੜਿਆ ਕਹ ਲਾ ਤਾ ਮੰਨੂ ਮਤਾਂ ਦੇ ਰਿਆ ਕਹਾ ਹੈ ਕਾਹ ਯੋ ਸੈਂਟਰ ਵਾਲੇ ਜਦ ਤੱਕ ਆਏ ਤਿੰਨੇ ਕਾਨੂੰਨੀ ਮaaf ਕਰਦੇ ਕਾ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਵਰਕਰਾਂ ਨੂੰ ਵੀ ਘਰਾਂ ਬੈਠੋ ਆਪ ਤੋਂ ਕਾ ਵਰਚੁਅਲ ਮੀਟਿੰਗਾਂ ਕਰ-ਕਰ ਕੇ ਕਾ ਇਹ ਇੱਕ ਦੂਜੇ ਨਾਲ ਵੀਡੀਓ ਕਾਲਾਂ ਕਰਿਆਂ ਵਰਕਰਾਂ ਨੂੰ ਕਾ ਢੂਆ ਘਟਾਣ ਵਾਸਤਾ ਭੇਜਦਾ ਪਿੰਡਾਂ ਦੇ ਵਿੱਚ ਵਰਕਰ ਵਿਚਾਰੇ ਕਿਆ ਕਰਾਂ ਅਰ ਗਰੇ ਗਰੇਵਾਲ ਕਹਾ ਕੋਈ ਪੁੱਠੇ ਸਿੱਧੀ ਬਿਆਨਬਾਜ਼ੀ ਕਰਦਿਆ ਅਰ ਉਧਰ ਜ਼ਿੰਮੇਦਾਰ ਕਾਹੇ ਉਹ ਖੇਤਾਂ ਵਾਂ ਅਰ ਪਿੰਡਾਂ ਵਾਂ ਸੜਕਾਂ ਵਾਂ ਕਾ ਇਹ ਮਾਰੇ ਵਰਕਰਾਂ ਟਾਲ ਲਾਂ ਜਦੇ ਹੈ ਕਾ ਯੋ ਗਰੇਵਾਲ ਕਹਿ ਰਿਆ ਨਾ ਕਹਾ ਵੀ ਯੋ ਜੋਸੀ ਨੂੰ ਕਹਾ ਪਾਰਟੀ ਛੱਡ ਦੇਣੀ ਚਾਹੀਦੀ ਕਹਾ ਮੈਂ ਕਹਾ ਵੀ ਗਰੇਵਾਲ ਨੂੰ ਯੋ ਪਾਰਟੀ ਛੱਡ ਦੇਣੀ ਚਾਹੀਦੀ ਕਹਾ ਤਾਂ ਯੋ ਪਾਰਟੀ ਦਾ ਕੁਸਦਾਰ ਹੋ ਸਕਾ 10 ਇਹਨਾਂ ਹੀ ਆ ਸਮਾਂ ਹੋਗੀ ਵੀਰਾ ਚਿੱਤਰੋ ਚਿੱਤਰੀ ਹੋਗੇ ਸਬਦਾਂ ਗੈਲ ਆ ਰਿਹਾ ਯੋ ਹਰਜੀਤ ਗਰੇਵਾਲ ਕਹਾ ਯੋ ਕਹਾ ਬਸ ਟਿਕਟਾਂਗੇ ਇਹੋ ਗੇਮ ਖੇਲਾ ਕਹਾ ਯੋ ਤਾਂ ਹੀ ਵੀ ਸੈਂਟਰ ਵਾਲੇ ਖੁਸ਼ ਕਰ ਰਹੇ ਦੇਖੋ ਜੀ ਆਪਾਂ ਥਾਰੇ ਗੈਲ ਵੀ ਮਨ ਨਾ ਯੋ ਕਰਤੇ ਕਹਾ ਮਨ ਨੂੰ ਕੋ ਟਿਕਟ ਕੀ ਲਾਲਚ ਲੂਲ ਚ ਨਹੀਂ ਹੈ ਮੈਂ ਤਾਂ ਇਹੋ ਕਹ ਰਿਹਾ ਵੀ ਜਿਤਨੀ ਦੇ ਰਹਾ ਇਹ ਥਾਮਾ ਇਹ ਕਰਦੇ ਨਹੀਂ ਇਸका ਕਾਨੂੰਨ का हल-ਵਸਲ ਉਤਨੀ ਦੇਰ ਕਹਾ ਬਰਕਰਨ ਤੋਂ ਕਰਾਂ ਬਿਠਾ ਦੇਈ ਨਾ ਟੂਏ ਘਟਾਰੇ ਥੰਮ ਇਹ ਹੋ ਗਈ ਬਾਤ ਹਰ ਉਧਰ ਇਹ ਪਹਿਲਾ ਬੀਜੇਪੀ ਵਾਲਿਆਂ ਨੂੰ ਘੇਰੇ ਕਰਤੇ ਕਿਸਾਨ ਜੱਥੇਬੰਦੀਆਂ ਵਾਲੇ ਹਰ ਵੀਰ ਇਹ ਕਾਂਗਰਸ ਪਾਰਟੀ ਵਾਲਿਆਂ ਦਾ ਵੀ ਲੰਬਰ ਲੱਗਣ ਲੱਗ ਗਿਆ ਯੋ ਅੱਜਿਕ ਕਾਂਗਰਸ ਦਾ ਗਿਆਲਾ ਲੀਡਰ ਉੱਥਾ ਸ੍ਰੀ ਆਨੰਦਪੁਰ ਸਾਹਿਬ ਅੱਥਾ ਟੱਕਣ ਹਾਰੂ ਤਾਂ ਕਿਸਾਨਾਂ ਨੇ ਯੋਟਾ ਲਿਆ ਵੀਰ ਇਹੋ ਵੀ ਦੜਾਇਆ ਬਹੁਤ ਵੀਰ ਇਸ ਕੀ ਬਾਅਰ ਰੇਲਾ ਬਣਾਈਆ ਇਹ ਤਾਂ ਡੱਟ ਕੇ ਗੱਡੀਆਂ ਬੈਠਿਆ ਵੀਰ ਹਾਂ ਇਹੋ ਵੀ ਹਰਜੀਤ ਕਰੇ ਆਲ ਕੀ ਤਰ੍ਹਾਂ ਇਹੋ ਵੀ ਬੋਲ ਰਿਹਾ ਦਾ ਬੋ ਕਰਾ ਮਾਨਨ ਤੋਂ ਕਾ ਬੀਜੇਪੀ ਉਹ ਕਾ ਵਿਰੋਧ ਕਰਿਆ ਥੰਮ ਕਾ ਤੁਹਾਨੂੰ ਪਤਾ ਹੀ ਨਹੀਂ ਕਿਹੜੇ ਬੰਦੇ ਦਾ ਵਿਰੋਧ ਕਰਨਾ ਕਿਹੜੇ ਕਾ ਨਹੀਂ ਹੈ ਇਹੋ ਵੀਰ ਕਹਿ ਲਿਓ ਇਹੋ ਕੱਲ ਹੋਇਆ ਤਾਂ ਬਹੁਤ ਪਾਰ ਯੋ ਮੈਨੂੰ ਨਿਊ ਲੱਗ ਰਿਹਾ ਵੀ ਯੋ ਜਿਹੜੇ ਕਿਸਾਨ ਇਹੋ ਨਾ ਹਲੇ ਸਪੀਟਾ ਚੈੱਕ ਕਰ ਰਹੇ ਕਿਸਾਨ ਇਹ ਕਿਸਾਨ ਕਾਂਗਰਸੀ ਲੀਡਰਾਂ ਦੀ ਸਪੀਡ ਚੈੱਕ ਕਰ ਰਹੇ ਕਿਉਂਕਿ ਉਹ ਵੀਰ ਇਹ 2 ਦਿਨ ਪਹਿਲਾਂ ਉਧਰ ਰਾਜਪੁਰੇ ਵਾਲਾ ਐਮਐਸ ਦੇ ਜਿਹੜਾ ਹਰਦਿਆਲ ਕੰਬੂ ਇਸकी ਵੀ ਸਪੀਡ ਚੈੱਕ ਕਰੀ ਬੁੱਢਣਪੁਰ ਪਿੰਡਾਂ ਉੱਥਾਂ ਵੀ ਆ ਕੇ ਤੇ ਕਿਸਾਨ ਆ ਹਰੇ ਅੱਜ ਇਹ ਵਾਲੀ ਡਰ ਵੀ ਸਪੀਡ ਚੈੱਕ ਕਰੀ ਯਾਰ ਇਸकी ਸਪੀਡ ਤੋਂ ਹੈ ਜਿਹੜਾ ਦੌੜ ਕਾ ਛੱਡ ਗਿਆ ਪੂਲਸੜ ਵਾਲੇ ਬੰਦੂਖਾ ਖਾ ਇਹੋ ਕਾ ਛਾ ਵੰਦਾ ਹੀ ਖੜੇ ਦੇ ਹਰ ਜਾਂ ਦੇਖਿਆ ਵੀ ਤੋ ਆ ਕੇ ਡੰਗਾ ਲੇਗਾ ਦੌੜ ਕਾ ਛੱਡ ਕੇ ਜੀਪਸੀ ਮੇਰੋ ਆਰਪੋਰ ਸਾਡੇ ਦੇ ਮੌਜ ਵੀ ਰਿਓ ਖੁੱਲੀ ਜੀਪਸੀ ਵਛਾਲ ਮਾਰ ਕਾ ਚੜ ਜਾ ਇਹ ਤਾਂ ਤੱਕੇ ਨਹੀਂ ਖੁਲਿਆ ਇਸ ਤੇ ਬਾ ਉਹ ਤੱਕੇ ਤੂ ਕੇ ਕਰ ਕਾ ਦੌੜ ਲਿਆ ਮੇਰੇ ਤੋਂ ਰੁਕਿਆ ਹੀ ਨਹੀਂ ਇਹ ਤਾਂ ਸਾਹ ਚੜ ਰਿਆ ਵੀਰ ਆਪਣਾ ਧਿਆਨ ਦੇ ਰਿਹਾ ਕਾ ਮੈਂ ਇਹੋ ਕਰ ਦੇਗਾ ਇਹੋ ਕਰ ਦੇਗਾ ਇਹ ਵੀਰ ਪਤਾ ਨਹੀਂ ਲਗਾ ਵੀਰ ਇਹ ਚੰਡ ਦੇ ਨਾਲ ਅੱਜ ਵੀਰ ਜਦੋ ਬਚਾ ਹੋ ਗਿਆ ਨਹੀਂ ਤਾਂ ਫਿਰ ਔਖਾ ਹੋ ਗਿਆ ਯੋ ਸਪੀਡ ਚੈੱਕ ਕਰੀ ਹਲੇ ਅੱਗਾ ਕਰਾਂਗੇ ਫਿਰ ਇਹੋ ਹੋ ਟੈਸਟਿੰਗ ਕਰਾਂਗੇ ਹਲੇ ਯੋ ਤਾਂ ਪਹਿਲਾ ਸਪੀਡ ਚੈੱਕ ਕਰੀ ਤਾਂ ਕਰ ਕਾ ਇਹ ਅੱਜ ਥੋੜਾ ਕਮ ਕਰ ਕਾ ਖਾਇਆ ਆ ਰੁਦਰ ਕਾਂਗਰਸ ਪਾਰਟੀ ਦਾ ਸੰਸ਼ੇਰ ਦੁੱਲੋਂ ਇਸ ਕੀ ਬਾਤ ਸੁਣਦੇ ਸੰਸ਼ੇਰ ਦੁੱਲੋਂ ਯੋ ਵੀ ਵੀ ਆ ਗਿਆ ਕਹਾ ਯੋ ਕਾ ਕਾਂਗਰਸ ਸਾੜੇ ਨੇ ਕਹਾ ਪੰਜਾਬ ਮਾ ਕਾ ਬੇੜਾ ਕਰ ਕਰਤਿਆ ਕਾਂਗਰਸ ਪਾਰਟੀ ਕਾ ਅਗਰ ਸੈਂਟਰ ਵਾਲੇ ਕਾ ਯੋ ਨਹੀਂ ਸਮਝਵਾਨ ਦੀ ਕਾ ਤਿੰਨੇ ਤੋਂ ਸੂਬਿਆਂ ਮੇ ਰਹਿ ਗਈ ਕਾਂਗਰਸ ਪਾਰਟੀ ਕਾ ਈ ਬੁ ਕਰ ਲਿਓ ਕਾ ਸਿੱਧਾ ਕੰਮ ਕੋਈ ਕੁਛ ਨਹੀਂ ਕਰਦੇ ਕਾ ਯੋ ਦੱਸ ਹਰ ਵੀਰ ਪੰਜਾਬ ਕੀ ਸਿਆਸਤ ਮਾ ਯੋ ਕੈਲੋ ਵੀਰ ਕਿਤੇ ਰ ਕਿਤੇ ਬੜੀਆਂ ਮੁਸ਼ਕਲਾਂ ਈ ਵਗਾ ਕਾਂਗਰਸ ਪਾਰਟੀ ਵਾਸਤਾ ਖੜੀਆਂ ਹੋਣੇ ਵਾਲੀਆਂ ਕਿਉਂਕਿ ਵੀਰ ਲੋਕਾਂ ਗੱਲ ਕਹਾ ਬਹੁਤ ਵਾਅਦੇ ਕਰੇ ਵੇ ਕਹਾ ਰਾਜਨੇਕਾ ਪੂਰਾ ਇਕ ਨਹੀਂ ਕਰਿਆ ਹੀ ਲੋਕ ਆਕਾਸ਼ ਕਾ ਮੰਕਰੇ ਸਾਹਕਤਬ ਹੀ ਵੇ ਜੋ ਸਾਹਕਤਬ ਨਹੀਂ ਦਵੇਗਾ ਕਾ ਫੇਰ ਔਖਾ ਹੋ ਜੇਗਾ ਚਲੋ ਦੇਖੋ ਇਹ ਕਿਆ ਬਣਾ ਲਾਡਾ ਡਿਸਕ੍ਰੀਨਰੀ ਪ੍ਰੋਗਰਾਮ ਕੇ ਵਿੱਚ ਮਾ ਪਾ ਲਿਆ ਛੋਟੀ ਜੀ ਬ੍ਰੇਕ ਬ੍ਰੇਕ ਤੇ ਬਾਅਦ ਲਗਾਤਾਰ ਕੰਟੀਨਿਊ ਖਬਰ ਇਤਨੀ ਥਾਰੇ ਗੱਲ ਚਲਣਗੀਆਂ ਪਰ ਪਹਿਲਾ ਲਿਹਾ ਇੱਕ ਛੋਟੀ ਜੀ ਬ੍ਰੇਕ